ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਹੈਪੀ ਮਦਰਸ ਡੇ ਜੀ ਸਾਰਿਆਂ ਨੂੰ। ਰੱਬ ਕਰੇ ਸਾਰਿਆਂ ਦੀਆਂ ਮਾਵਾਂ ਦੀ ਲੰਬੀ ਉਮਰ ਹੋਵੇ ਅਤੇ ਸਾਰਿਆਂ ਦੀਆਂ ਮਾਵਾਂ ਦਾ ਹੱਥ ਸਾਰਿਆਂ ਦੇ ਉੱਪਰ ਬਣਿਆ ਰਹੇ। ਹੋਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ? ਅਤੇ ਮੈਂ ਜੀ ਹੁਣੇ ਸ਼ੂਟਿੰਗ ਕਰਕੇ ਆਈ ਹਾਂ ਨਿੱਕਾ ਜੈਲਦਾਰ ਮੂਵੀ ਦੀ, ਅਤੇ ਜਲਦੀ ਬਸ ਹੁਣ ਟਰੈਕ ਆਉਣ ਵਾਲਾ ਜੀ ਆਪਣਾ, ਅਤੇ ਐਡੀਟਿੰਗ ਅਸੀਂ ਦੇਖ ਲਈ ਹੈ, ਵਧੀਆ ਬਣਿਆ ਸੌਂਗ, ਪਰਮੀਸ਼ ਵਰਮਾ ਜੀ ਨੇ ਬਹੁਤ ਵਧੀਆ ਵੀਡੀਓ ਕੀਤਾ, ਅਤੇ ਕੰਪਨੀ ਹੁਣ ਆਪਾਂ ਕਰ ਲੈਣੀ ਹੈ ਕਿ ਕਿਹੜੀ ਕੰਪਨੀ ਤੋਂ ਕਰਨਾ, ਅਤੇ ਬਹੁਤ ਜਲਦੀ ਤੁਸੀਂ ਸੌਂਗ ਵੇਖੋਗੇ ਅਤੇ ਜ਼ਰੂਰ ਸਾਰੇ ਜਾਣੇ ਲਾਈਕ ਕਰੋਗੇ, ਉਮੀਦ ਹੈ। ਅਤੇ ਸੁਖਪਾਲ ਮਾਨ ਜੀ ਸਤਿ ਸ਼੍ਰੀ ਅਕਾਲ, ਨਿਸ਼ਾ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਮੈਲਬੋਰਨ ਤੋਂ ਨੇ, ਅਤੇ ਮੈਲਬੋਰਨ ਦੇ ਵਿੱਚ ਬੜੇ ਵਧੀਆ ਇਵੈਂਟ ਹੋ ਰਹੇ ਆ ਜੀ, ਹਾਬੀ ਜੀ ਦਾ ਰੌਣਕ ਮੇਲਾ। ਡੈਨੀ ਸਿੰਘ ਹੈਲੋ ਜੀ, ਕੀ ਹਾਲ ਚਾਲ ਜੀ? ਅਤੇ ਹੋਰ ਜੀ ਬਸ ਗਰਮੀ ਬਹੁਤ ਜ਼ਿਆਦਾ ਹੋ ਗਈ, ਆਪਣਾ ਧਿਆਨ ਰੱਖਿਓ। ਬਾਨੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਜ਼ਿਆਦਾ ਗਰਮੀ ਹੋ ਗਈ, ਆਪਣਾ ਖਿਆਲ ਰੱਖਿਓ ਜੀ। ਅਤੇ ਲਾਲੀ ਜੀ ਕਿੱਦਾਂ? ਨਿਸ਼ਾ ਜੀ ਮੈਂ ਵਧੀਆ ਜੀ, ਤੁਸੀਂ ਦੱਸੋ ਕਿੱਦਾਂ ਜੀ? ਜੀ ਮੈਂ ਬਾਹਰ ਖੜ੍ਹੀ ਹਾਂ ਅਤੇ ਬਾਹਰ ਗਵਾਂਢੀ ਮੇਰੇ ਬਾਹਰ ਆ ਗਏ ਆ, ਮੈਸੇਜ ਹੋਰ ਆ ਰਹੇ ਹੈ ਕਾਫੀ ਜਾਣਿਆਂ ਦੇ, ਬਟ ਹਾਲੇ ਸ਼ੋਅ ਨਹੀਂ ਹੋ ਰਹੇ। ਹੋਰ ਦੱਸੋ ਜੀ ਸਾਰੇ ਜਾਣੇ ਕਿੱਦਾਂ ਹੋ? ਅਤੇ ਸ਼ੋਅ ਵਗੈਰਾ ਚੱਲ ਰਹੇ ਨੇ, ਪਹਿਲਾਂ ਵੀ ਇੱਕ ਸ਼ੋਅ ਕਰਕੇ ਆਏ ਹਾਂ ਸਿੰਗਿੰਗ ਦਾ, ਅਤੇ ਮੈਨੂੰ ਲੱਗਦਾ ਜੀ ਆਪਾਂ ਨੂੰ ਅੰਦਰ ਜਾਣਾ ਪੈਣਾ ਕਿਉਂਕਿ ਗਵਾਂਢੀ ਬਾਹਰ ਆ ਚੁੱਕੇ ਨੇ। ਅਤੇ ਹੋਰ ਦੱਸੋ ਸਾਰੇ ਕੀ ਕਰ ਰਹੇ ਸੀ? ਹਾਂਜੀ ਦਿਖ ਨਹੀਂ ਰਹੇ ਕੀ ਲਿਖਿਆ ਜੀ, ਕਾਫੀ ਲੋਕ ਆਪਣੇ ਨਾਲ ਜੁੜ ਚੁੱਕੇ ਨੇ ਬਟ ਹਾਲੇ ਉਹਨਾਂ ਦੇ ਸਮਝ ਨਹੀਂ ਆ ਰਿਹਾ ਲਿਖ ਕੀ ਰਹੇ ਨੇ। ਚਲੋ ਜੀ, ਅਤੇ ਅੱਜ ਮਦਰਸ ਡੇ ਹੈ, ਸਾਰੇ ਜਾਣੇ ਜੀ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਕਿਉਂਕਿ ਕਹਿੰਦੇ ਹੈ ਕਿ ਮਾਂ ਦੇ ਕਦਮਾਂ ਦੇ ਵਿੱਚ ਹੀ ਜੰਨਤ ਹੁੰਦੀ ਹੈ। ਸਾਰੇ ਜਾਣੇ ਆਪਣਾ ਵੱਧ ਤੋਂ ਵੱਧ ਧਿਆਨ ਰੱਖੋ, ਤੁਹਾਨੂੰ ਪਿੱਛੇ ਨਾਲ ਨਾਲ ਮੇਰਾ ਘਰ ਵੀ ਦਿਖ ਰਿਹਾ। 2 ਵੱਜ ਗਏ ਜੀ, ਹਾਲੇ ਮੈਂ ਲੰਚ ਨਹੀਂ ਕੀਤਾ, ਲੰਚ ਮੈਂ ਹੁਣੇ ਕਰਨਾ ਹੈ। ਮੈਂ ਸੋਚਿਆ ਚਲੋ ਅੱਜ ਵਧੀਆ ਥੋੜ੍ਹਾ ਟਾਈਮ ਮਿਲਿਆ, ਲਾਈਵ ਹੋ ਜਾਈਏ, ਫਰੈਂਡਸ ਦਾ ਹਾਲ ਚਾਲ ਪੁੱਛ ਲਈਏ ਕਿੱਦਾਂ ਉਹ ਸਾਰੇ ਜਾਣੇ। ਅਤੇ ਜੁੜ ਕਾਫੀ ਜਾਣੇ ਰਹੇ ਨੇ ਬਟ ਹਜੇ ਮੈਨੂੰ ਸ਼ੋਅ ਨਹੀਂ ਹੋ ਰਹੇ ਉਹਨਾਂ ਦੇ ਕਮੈਂਟਸ। ਅਤੇ ਹੋਰ ਜੀ ਬਣ ਹੁਣ ਨੈਕਸਟ ਜਿਹੜਾ ਸੌਂਗ ਹੈ ਉਸ ਦੇ ਬਾਰੇ ਸੋਚ ਰਹੇ ਹਾਂ ਕਿ ਕਿੱਦਾਂ ਦਾ ਟਰੈਕ ਕਰੀਏ, ਕਿੱਦਾਂ ਦਾ ਲੋਕਾਂ ਨੂੰ ਪਸੰਦ ਆਊਗਾ। ਇੱਕ ਤਾਂ ਪ੍ਰੋਬਲਮ ਇਹ ਹੈ ਕਿ ਪਤਾ ਨਹੀਂ ਚੱਲਦਾ ਕਿ ਲੋਕ ਪਸੰਦ ਕੀ ਕਰਦੇ ਨੇ, ਕਿਉਂਕਿ ਤੁਸੀਂ ਦੇਖਦੇ ਹੋ ਕਿ ਇੱਕ ਮੂਵੀ ਬਣਨ ਦੇ ਲਈ ਕਿੰਨੀ ਮਿਹਨਤ ਹੁੰਦੀ ਹੈ, ਕਿੰਨੇ ਲੋਕ ਉਹਦੇ ਨਾਲ ਜੁੜੇ ਹੋਏ ਹੁੰਦੇ ਨੇ, ਕਿੰਨੇ ਮਹੀਨਿਆਂ ਦੀ ਮਿਹਨਤ ਹੁੰਦੀ ਹੈ। ਅਤੇ ਜਦੋਂ ਆਪਾਂ ਦੇਖਣ ਲਈ ਜਾਂਦੇ ਹਾਂ ਆਪਾਂ 2.5 ਘੰਟੇ ਦੇ ਵਿੱਚ ਆ ਕੇ ਰਿਜ਼ਲਟ ਦੱਸ ਦਿੰਦੇ ਹਾਂ ਕਿ ਫਲੋਪ ਹੈ, ਬੇਕਾਰ ਹੈ। ਅਤੇ ਸੋ ਸਾਰੇ ਜਾਣਿਆਂ ਨੂੰ ਜੀ ਹਰ ਕੰਮ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਜੁੜੀ ਹੋਈ ਹੁੰਦੀ ਹੈ ਅਤੇ ਬਹੁਤ ਲੋਕਾਂ ਦੀ ਮਿਹਨਤ ਉਸ ਦੇ ਨਾਲ ਜੁੜੀ ਹੋਈ ਹੁੰਦੀ ਹੈ। ਅਤੇ ਹੋਰ ਤੁਹਾਡੇ ਨਾਲ ਇੱਕ ਗੱਲ ਇਹ ਸ਼ੇਅਰ ਕਰਨੀ ਸੀ ਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ, ਅਤੇ ਜਿੱਦਾਂ ਹੁਣ ਜਦੋਂ ਮੈਸੇਜ ਆ ਜਾਂਦੇ, ਵੈਸੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਾਰਿਆਂ ਦੇ ਮੈਸੇਜ ਦਾ ਰਿਪਲਾਈ ਕਰਾਂ, ਅਤੇ ਮੈਂ ਸਾਰਿਆਂ ਦੇ ਲਾਈਕ ਹੈ ਜਿਹੜੇ ਕਮੈਂਟਸ ਉਹ ਲਾਈਕ ਵੀ ਕਰਦੀ ਹਾਂ, ਬਟ ਸਾਰਿਆਂ ਦਾ ਜਿਹੜੇ ਇਨਬੋਕਸ ਦੇ ਵਿੱਚ ਮੈਸੇਜ ਆਉਂਦੇ ਉਹਨਾਂ ਦਾ ਸਾਰਿਆਂ ਦਾ ਰਿਪਲਾਈ ਕਰਨਾ ਪੋਸੀਬਲ ਨਹੀਂ ਹੁੰਦਾ। ਮੇਰੀ ਜਗ੍ਹਾ ਦੇ ਉੱਪਰ ਜੇ ਤੁਸੀਂ ਵੀ ਹੋਵੋ ਤਾਂ ਮੈਨੂੰ ਲੱਗਦਾ ਕਿ ਤੁਸੀਂ ਮੇਰੀ ਜਿਹੜੀ ਪ੍ਰੋਬਲਮ ਹੈ ਜ਼ਰੂਰ ਸਮਝੋਗੇ। ਅਤੇ ਮੈਂ ਇੱਧਰ ਲੈਪਟੋਪ ਦੇ ਉੱਪਰ ਤੁਹਾਡੇ ਪੜ੍ਹ ਰਹੀ ਹਾਂ ਜੀ। ਗਗਨਦੀਪ ਜੀ ਫੇਵਰੇਟ ਫੂਡ ਪੁੱਛ ਰਹੇ ਹੈ ਮੇਰਾ, ਦਾਲ ਰੋਟੀ ਜੀ ਮੇਰਾ ਕੁਛ ਖਾਸ ਨਹੀਂ ਹੈ, ਅਤੇ ਜਾਂ ਫਿਰ ਰਾਈਸ ਅਤੇ ਦਾਲ ਜ਼ਿਆਦਾ ਮੈਂ ਲਾਈਕ ਕਰਦੀ ਹਾਂ। ਅਤੇ ਪਵਿੱਤਰ ਜੀ ਤੁਸੀਂ ਫਿਲਮਾਂ 'ਚ ਵੀ ਵਧੀਆ ਲੱਗ, ਥੈਂਕ ਯੂ ਸੋ ਮਚ ਜੀ, ਤੁਹਾਡਾ ਸਾਰਿਆਂ ਦਾ ਪਿਆਰ ਹੈ, ਤੁਸੀਂ ਸਾਰੇ ਲਾਈਕ ਕਰਦੇ ਹੋ, ਪਸੰਦ ਕਰਦੇ ਹੋ, ਫਿਰ ਹੀ ਸਾਡੀ ਹਿੰਮਤ ਬਣਦੀ ਹੈ ਅਸੀਂ ਕੁਛ ਵਧੀਆ ਕਰੀਏ, ਜਾਂ ਫਿਲਮਾਂ ਕਰੀਏ ਜਾਂ ਸਿੰਗਿੰਗ ਕਰੀਏ। ਸਨੀ ਜੀ ਸਤਿ ਸ਼੍ਰੀ ਅਕਾਲ ਜੀ,
निहाल सिंह जी पूछ रहे हैं किवें हो। मैं वधिया जी, तुसी दसो जी किदा हो तुसी। सतविंदर जी वेरी ब्यूटीफुल, थैंक यू सो मच जी। जस्सी सिंह जी कहते निशा एंड, तुसी भी सारे एंड हो जी। पाकिस्तान तो जी वाहिद जी, ओके जी, बहुत वधिया गल। सुखपाल मान जी कहते सत श्रीकाल निशा जी, तुहाडा रोल बहुत वधिया हुंदा है अंग्रेज मूवी दे विच, बहुत ज़्यादा वधिया लग्या, थैंक यू सो मच जी। पवित्र जी कहते पुत जट्टां च एक्टिंग तुहाडी अत सी, थैंक यू सो मच जी। तुसी सारे भी अत हो जिहड़ा मेरे काम नूं लाइक करदे हो, पसंद करदे हो। मनी कहते बहुत सोहणे लग रहे हो, थैंक यू सो मच जी। जतेंद्र जी कहते यू नो यू नेचुरल ब्यूटी, थैंक यू सो मच जी, तुसी सारे पसंद करते हो। गुरिंदर जी हैलो भेज रहे हैं। रमन जी कहते लुकिंग सिरा जी, थैंक यू सो मच जी, तुसी भी सिरा हो जी। ते बाकी जी बस इसे गल दी मैं तुहाडे सारिआं तों माफ़ी मंगूंगी कि जे किसी का इनबॉक्स दे विच रिप्लाई नहीं हुंदा तां इसदा मतलब ये नहीं कि मैं तुहानूं सारिआं नूं इगनोर करदी हाँ या मेरे कोल तुहाडे लई टाइम नहीं है, इदां दी कोई गल नहीं है। मेरा बहुत दिल करदा मैं तुहाडे सारिआं दे रिप्लाई करां, तुहाडे नाल बहुत सारिआं गल्लां करां, पर पॉसिबल नहीं हुंदा। तुहानूं वी इस गल दा पता ही होणा कि सारे आपां रिप्लाई नहीं कर सकदे। मेरा बहुत बार दिल करे कि मैं तुहानूं सारिआं नूं स्टेटस लिखा, बट बहुत सारे फ्रेंड्स इदां दे है जिहड़े गुस्सा कर जांदे है। पिछे जे तुहाडे नाल इक गल जरूर शेयर करूंगी, मेरा एक मतलब फैन सी, उसने मैनूं लिखिया कि तुसीं रिप्लाई नहीं करदे, तुसीं इग्नोर करदे हो, शायद तुसीं शाहरुख खान दी फैन मूवी नहीं देखी। एक फैन हुंदा है जिहड़ा किसी नूं बर्बाद कर सकदा है या किसी नूं आबाद कर सकदा है। ते मैनूं लगदा है कि फैन फिल्म आपां सारिआं ने देखी है, पर उसदा जो असली उन्हां दा मकसद सी बनाउण दा, उह सारिआं ने फॉलो नहीं कीता। उह सिर्फ इस गल नूं फॉलो कर बैठे कि उन्हां ने शाहरुख नूं किदां मतलब बर्बाद कीता है, बट उसदा असली मकसद ये सीगा कि तुसीं किसी नूं जदों प्यार करदे हो, किसी नूं ज़्यादा लाइक करदे हो, उसदा जे तुसीं चंगा नहीं कर सकदे तां माड़ा भी ना करो। सो इस करके जिहड़ियां तुसीं फिल्मां देखदे हो, उसदा जिहड़ा असली मकसद हुंदा उह सारे समझण दी कोशिश करिआ करो। ते कवलप्रीत जी हैलो भेज रहे ने, मीत जी हैलो कर रहे ने, हैलो जी। रॉबिन जी ने की लिखा है ये मैनू समझ नहीं आया। ते सत श्री अकाल रॉबिन जी, मैनू तुहाडा समझ नहीं आया तुसीं लिखिआ की है, सॉरी। मनदीप सिंह जी निशा बानो मेरा कमेंट पढ़िया, हाँ जी मैं तुहानूं उही कह रही हाँ कि तुहाडा जिहड़ा पहलां वाला एक्चुअली वो बार बार उपर नीचे हो रहा, तो सारे नहीं पढ़े जा रहे। सुखपाल जी सत श्री अकाल जी, मलिक जी सत श्री अकाल जी, यूअर आईज ब्यूटीफुल, थैंक यू जी। जतिन तुसी नाम गलत लिया, सॉरी जी, सॉरी सॉरी, माफ़ी मंगते हो, तुहाडा नाम गलत ले लिया। मैनूं लगता जी इदा आपां इदा ही गल्लां करते रहे फिर इदा गल्लां करन दा कोई फायदा नहीं है। ते इदा दा कुछ होना चाहिए कि जदों मैं लाइव होवां तुसीं भी सारे लाइव होवो, फिर ज़्यादा मज़ा आना है। क्योंकि इदा पढ़न दे विच पूरा ध्यान चलिया जांदा, तो इदा लगता कि आपां बस अगे बैठे हाँ तो आपां नीचे पढ़ रहे हैं, मेरा ध्यान जां नीचे हो जांदा जां इधर हो रहा। हरजीत जी कहिंदे आई लव यू जी। ते अंग्रेज मूवी च एक्टिंग अत इंदर जी, थैंक यू सो मच जी, तुहाडा सारिआं दा बहुत बहुत थैंक्स। सत श्री अकाल गगन जी, हरिंदर जी हैलो। मोहम्मद जी कहिंदे आई लव यू सो मच पाकिस्तान तों, सारिआं नूं जी पाकिस्तान वालिआं नूं मेरे वल्लों अस्सलाम वालेकुम जी। ते बहुत सारे मेरे जिहड़े जिद्दां सारिआं नूं पता ही होणा शायद मैं मुस्लिम हाँ, ते बहुत जणयां दे कमेंट्स हुंदे कि तुसीं नमाज़ पढ़दे हो, तां जिन्ने भी मेरे मुस्लिम फ्रेंड है मैं सारिआं नूं दस्सूंगी कि बिल्कुल जी, मैं मेरे कोल जदों ही मैनूं टाइम मिलदा मैं नमाज़ पढ़दी हाँ, ते मैं सारे धर्मां नूं प्यार करदी हाँ जी। साडे जिहड़े आर्टिस्ट असीं लोक हुंने आ, साडे सारे धर्म साडे लई बराबर ही हुंदे ने, ते सारिआं नूं प्यार करदे हाँ, सारिआं दा सतिकार करदे हाँ। ते सब तों वड्डी गल जिहड़ी है, मैनूं लगदा हुण मैं बाहर चली जावां ते गवांढी साडे अंदर वड़ गए ने। ਤੇ ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਪਿਆਰ ਹੋਣਾ ਚਾਹੀਦਾ ਇਨਸਾਨਾਂ ਦੇ ਵਿੱਚ, ਹੈ ਨਾ। ਤੇ ਮੈਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਜੀ, ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਸਾਰਿਆਂ ਦੀ ਬਹੁਤ ਰਿਸਪੈਕਟ ਕਰਦੀ ਹਾਂ।
ਤੇ ਵੇਟ ਕਰਦੀ ਰਹਿਣੀ ਆ ਕਿ ਕਦੋਂ ਤੁਹਾਡੇ ਕਮੈਂਟ ਆਉਂਦੇ ਆ, ਤੇ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਪੜ੍ਹਦੀ ਆ ਤੇ ਲਾਈਕ ਕਰਦੀ ਆ, ਤੇ ਬਸ ਇਸੇ ਗੱਲ ਦੀ ਥੋੜੀ ਜੀ ਮੈਂ ਸੌਰੀ ਫੀਲ ਕਰਦੀ ਆ ਕਿ ਇਨਬਾਕਸ ਦੇ ਵਿੱਚ ਸਾਰੇ ਮੈਸੇਜ ਦਾ ਰਿਪਲਾਈ ਨਹੀਂ ਹੁੰਦਾ, ਤੇ ਜੇ ਰਿਪਲਾਈ ਨਹੀਂ ਹੁੰਦਾ ਤਾਂ ਪਲੀਜ਼ ਤੁਸੀਂ ਸਾਰੇ ਗੁੱਸਾ ਨਾ ਕਰਿਆ ਕਰੋ, ਹੈ ਨਾ। ਤੇ ਇਦਾਂ ਦੀ ਗੱਲ ਨਹੀਂ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਟਾਈਮ ਨਹੀਂ ਦਿੰਦੀ, ਮੇਰੇ ਕੋਲ ਜਦੋਂ ਵੀ ਟਾਈਮ ਮਿਲਦਾ ਮੈਨੂੰ, ਮੈਂ ਜ਼ਰੂਰ ਰਿਪਲਾਈ ਕਰਦੀ ਹਾਂ। ਤੇ ਥੈਂਕ ਯੂ ਸੋ ਮਚ ਜੀ, ਬਹੁਤ ਜਲਦ ਮੈਂ ਫਿਰ ਤੋਂ ਤੁਹਾਡੇ ਨਾਲ ਗੱਲਾਂ ਕਰੂੰਗੀ, ਲਾਈਵ ਹੋਊਂਗੀ, ਤੇ ਤੁਹਾਡੀ ਸਾਰਿਆਂ ਦੀ ਬਹੁਤ ਲੋੜ ਹੈ ਜੀ ਸਾਰੇ ਆਰਟਿਸਟਾਂ ਦੀ ਲਾਈਫ ਦੇ ਵਿੱਚ। ਤੇ ਬਹੁਤ ਜਲਦੀ ਸੌਂਗ ਆ ਰਿਹਾ ਜੀ ਮੇਰਾ, ਟਾਈਟਲ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕੰਪਨੀ ਸ਼ੇਅਰ ਕਰਾਂਗੇ, ਤੇ ਵੀਡੀਓ ਕੀਤਾ ਪਰਮੇਸ਼ ਵਰਮਾ ਨੇ, ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ। ਤੇ ਉਸ ਤੋਂ ਇਲਾਵਾ ਜੀ ਸਮੀਰ ਮਾਹੀ ਦਾ ਸੌਂਗ ਆ ਰਿਹਾ ਜੀ ਜੀਨ 3, 15 ਮਈ ਨੂੰ, ਸਾਰੇ ਜਣਿਆਂ ਨੇ ਫੁੱਲ ਸਪੋਰਟ ਕਰਨੀ ਹੈ ਜੀ, ਤੇ ਤੁਹਾਡੇ ਬਿਨਾਂ ਅਸੀਂ ਸਾਰੇ ਕੁਛ ਵੀ ਨਹੀਂ ਆ। ਚਲੋ ਜੀ ਫਿਰ ਮਿਲਦੇ ਹਾਂ, ਬਾਏ, ਸਤਿ ਸ਼੍ਰੀ ਅਕਾਲ। ਜਿਨ੍ਹਾਂ ਦੇ ਕਮੈਂਟਸ ਮੇਰੇ ਤੋਂ ਲਾਈਵ ਦੇ ਵਿੱਚ ਨਹੀਂ ਪੜ੍ਹੇ ਗਏ, ਤੇ ਮੈਂ ਹੁਣ ਜ਼ਰੂਰ ਪੜ੍ਹੂੰਗੀ, ਤੇ ਸਾਰਿਆਂ ਦਾ ਮੈਂ ਰਿਪਲਾਈ ਕਰੂੰਗੀ। ਥੈਂਕ ਯੂ।